लो जी पहुंचे आप कैनेडा। हाँ जी सत श्री अकाल जी सारे नु। सो दोस्तों स्वागत है एक बार फिर तुहाडा सारे दा साडे अज दे नवे ब्लॉग दे विच। अज दा ब्लॉग घरों नहीं शुरू कर रहे, तुसीं बैठे गड्डी च, इधर बैठे रूबी भाजी, जीजा जी दे छोटे भरा वो मगर बैठे हैं डैडी, ते जा रहे हैं जी असीं जलंधर। जलंधर किस काम लई जा रहे हैं तुहानू उत्थे जाके फिर अपडेट दिंदे आ, बने रहियो सुणदे आ। लो जी FM चल रहा वा गड्डी दे विच, बड़ी देर बाद FM ते गाने सुने रेडियो चैनल ते। ਵੀ ਭਾਜੀ ਕਹਿੰਦੇ ਆਪਾਂ ਡੈਕ ਨਹੀਂ ਲਾਉਣਾ ਹੈਗਾ ਸਟੀਰੀਓ ਨਹੀਂ ਸੁਣਾਉਣਾ ਆਪਾਂ, ਵੀ FM ਦੇ ਗਾਣੇ ਸੁਣਨੇ ਆ। ਬਿਲਕੁਲ ਤੇ ਨਜ਼ਾਰਾ ਆ ਗਿਆ ਪੂਰਾ, ਨਹੀਂ ਜੀ ਬਿਲਕੁਲ ਬਿਲਕੁਲ, ਇਹਨਾਂ ਦਾ ਪੁਰਾਣੇ ਗਾਣੇ ਦਾ ਸਵਾਦ ਹੀ ਹੋਰ ਹੁੰਦਾ ਸੀਗਾ, ਅੱਜ ਕੱਲ੍ਹ ਤਾਂ ਅੱਜ ਗਾਣਾ ਆਇਆ ਕੱਲ੍ਹ ਨੂੰ ਪਤਾ ਨਹੀਂ ਕਿੱਥੇ ਗਿਆ। ਹਾਂ ਇਹ ਗਾਣੇ ਦੀ ਜਿਹੜੇ ਐਵਰਗ੍ਰੀਨ ਨੇ। ਬਿਲਕੁਲ ਚਲੋ ਇੰਜੋਏ ਕਰਦੇ ਜਾਂਦੇ ਆ। ਲਓ ਜੀ ਆਪਾਂ ਪਹੁੰਚ ਗਏ ਜਲੰਧਰ, ਅਤੇ ਪਹੁੰਚੇ ਆਪਾਂ ਕੈਨੇਡਾ ਵੀਜ਼ਾ ਐਪਲੀਕੇਸ਼ਨ ਸੈਂਟਰ। ਅਸੀਂ ਆਏ ਹਾਂ ਜੀ ਪਾਸਪੋਰਟ ਵੀਜ਼ਾ ਐਪਲੀਕੇਸ਼ਨ ਸੈਂਟਰ, ਅਤੇ ਡੈਡੀ ਦੀ ਅੱਜ ਬਾਇਓਮੈਟ੍ਰਿਕ ਆ, ਅਤੇ ਡੈਡੀ ਗਏ ਹੋਏ ਨੇ ਅੰਦਰ, ਫਿਰ ਥੋੜ੍ਹੀ ਦੇਰ 'ਚ ਬਾਹਰ ਆਉਂਦੇ ਆ, ਅਤੇ ਫਿਰ ਵਾਪਸੀ ਨੂੰ ਚਾਲੇ ਪਾਵਾਂਗੇ, ਬਣੇ ਰਹੋ ਸਾਡੇ ਨਾਲ। ਲਓ ਜੀ ਕੰਮ ਨਿਬੜ ਗਿਆ, ਕੈਨੇਡਾ ਵੀਜ਼ਾ ਐਪਲੀਕੇਸ਼ਨ ਸੈਂਟਰ ਜਾ ਆਏ, ਬਾਇਓਮੈਟ੍ਰਿਕ ਹੋ ਗਈ, ਅਤੇ ਰੂਬੀ ਭਾਅ ਜੀ ਵੀ ਆ ਗਏ ਆਪਣੇ ਸੀਟ 'ਤੇ ਪੂਰੇ ਜ਼ੋਰਾਂ ਸ਼ੋਰਾਂ ਨਾਲ। ਹੁਣ ਲੱਗੀ ਆ ਭੁੱਖ, ਅਤੇ ਰਸਤੇ 'ਚ ਕੁਛ ਖਾਂਦੇ ਪੀਂਦੇ ਹਾਂ, ਅਤੇ ਚਲੋ ਹੁਣ ਉਡੀਕ ਰਹੂਗੀ ਵੀ ਚਲੋ ਵੀਜ਼ਾ ਆ ਜਾਵੇ ਜਲਦੀ ਜਲਦੀ ਮਹਾਰਾਜ ਦੀ ਕਿਰਪਾ ਨਾਲ। ਬਿਲਕੁਲ ਅਤੇ ਅੱਜ ਦਾ ਵਲੋਗ ਜ਼ਿਆਦਾ ਗੱਡੀ 'ਚ ਹੀ ਆ, ਜਿਹੜੇ ਸੀਨ ਆ ਗੱਡੀ 'ਚ ਹੀ ਹੋਣੇ ਆ। ਚਲੋ ਮਿਲਦੇ ਹਾਂ ਜੀ, ਗੱਲਾਂ ਬਾਤਾਂ ਕਰਦੇ ਰਹਾਂਗੇ। ਡੈਡੀ ਕੀ ਪੁੱਛਿਆ ਵਰਿੰਦਰ? ਕੁਛ ਨਹੀਂ ਪੁੱਛਿਆ, ਨਹੀਂ ਕੁਛ ਕੋਈ ਵੀ ਕਿਉਂ ਜਾਂ ਕਿਉਂ ਜਾਣਾ ਕੀ ਆ, ਕੁਛ ਨਹੀਂ ਕੁਛ ਨਹੀਂ ਪੁੱਛਿਆ। ਪੰਜੇ ਉਂਗਲਾਂ ਦੇ ਲਏ ਫਿਰ ਉਹ? ਹਾਂ ਪਹਿਲਾਂ ਚਾਹ ਚੜ੍ਹਦੇ ਫਿਰ ਅੰਗੂਠੇ ਦੇ। ਅੱਛਾ ਅੱਛਾ, ਇਹ 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 ਹੱਥ ਦੇ ਦੋ ਵਾਰੀ ਲਾਉਣੇ ਤੇ ਇੱਕ ਦੇ। ਅੱਛਾ ਉਹ ਮੈਚ ਨਹੀਂ ਕੀਤੇ ਦੀ? ਹਾਂ ਲੱਗੇ ਇਹ ਘੱਟ ਪਰ ਜੋੜਨਾ ਤਾਂ ਪੂਰਾ। ਓਕੇ ਓਕੇ, ਤੁਸੀਂ ਕਰਾਈ ਕਦੇ ਬਾਇਓਮੈਟ੍ਰਿਕ? ਨਹੀਂ ਕਰਾਓ, ਆਜੋ ਨਾਲ ਹੀ ਤੁਹਾਡੀ ਕਰਾ ਦਿੰਦੇ। ਉਹ ਤਾਂ ਮੈਡੀਕਲ ਹੋਇਆ। ਅੱਛਾ ਮੈਡੀਕਲ, ਮੈਡੀਕਲ ਕਰਾਇਆ ਮਲੇਸ਼ੀਆ। ਹਾਂ ਮਲੇਸ਼ੀਆ ਗਏ ਜਦੋਂ। ਅੱਛਾ ਮੈਡੀਕਲ ਵਗੈਰਾ ਹੋਇਆ ਮੇਰਾ। ਅੱਛਾ ਉਹਦਾ ਮੈਡੀਕਲ ਹੋਇਆ ਦੀ। ਹਾਂ ਉਹ ਤਾਂ ਫਿਰ ਹੁੰਦਾ ਨਾ ਮੈਡੀਕਲ। ਹਾਂ ਬਿਲਕੁਲ, ਡੈਡੀ ਦਾ ਵੀ ਕਰਾਇਆ ਮੈਡੀਕਲ। ਹਾਂ ਨਹੀਂ ਫਿੰਗਰ ਵੀ ਸੱਚ ਹੋਏ ਸੀ ਮੇਰੇ। ਹੋਏ ਹੋਣਗੇ, ਹੋਏ ਸੀ, ਹੋਏ ਸੀ, ਹੋਏ ਹੋਣਗੇ। ਅੱਜ ਕੱਲ ਹੁੰਦੇ ਆ ਨਾ। ਹਾਂ ਬਿਲਕੁਲ ਬਿਲਕੁਲ, ਇੱਥੇ ਦਾ ਆਪਣੇ ਯਾਦ ਆ ਗਿਆ, ਦਿੱਲੀ ਹੋਏ। ਹੈ ਆਪਣੇ ਨਹੀਂ ਹੋਏ? ਕਿੱਥੇ? ਉੱਥੇ ਜਿਹੜਾ ਫੋਟੋਗ੍ਰਾਫੀ ਮੇਰੀ ਕਰੇਗੀ ਨਾ, ਉੱਥੇ ਨਹੀਂ ਹੁੰਦੇ ਹੁੰਦੇ? ਹਾਂ ਇੱਥੇ ਹੀ ਹੁੰਦੇ ਆ। ਅਤੇ ਚਲੋ ਰੂਬੀ ਭਾਅ ਜੀ ਵੀ ਜਾ ਆਏ ਨੇ ਵੈਸੇ ਮਲੇਸ਼ੀਆ, ਅਸੀਂ ਨਹੀਂ ਬਾਹਰ ਨਿਕਲੇ ਹਜੇ ਇੱਥੋਂ ਇੰਡੀਆ ਤੋਂ। ਚਲੋ ਆਪਾਂ ਵੀ ਕੱਢਾਂਗੇ ਗੇੜਾ ਕਦੇ ਨਾ ਕਦੇ, ਵਾਹਿਗੁਰੂ ਕਿਰਪਾ ਕਰਨ। ਬਿਲਕੁਲ ਜਲੰਧਰ 'ਚ ਰਸ਼ ਇੰਨਾ ਜ਼ਿਆਦਾ, ਇਹ ਤਾਂ ਸਮਝ ਗਏ ਲੁਧਿਆਣੇ 'ਚ ਹੀ ਰਸ਼ ਆ, ਅਤੇ ਆਹ ਵੇਖੋ ਬਹੁਤ ਜ਼ਿਆਦਾ ਰਸ਼ ਆ। ਤਾਂ ਹੁਣ ਚਲ ਖੜ੍ਹੇ ਆ ਨਾ, ਜੇ ਯਾਨੀ ਕਿ ਉੱਦਾਂ ਦਿਖਾਉਂਦੇ ਤੁਹਾਨੂੰ, ਬਹੁਤ ਰਸ਼ ਆ ਵੇਖੋ ਇੱਧਰ ਵੀ ਉੱਧਰ ਵੀ। ਕੈਨੇਡਾ ਜਿਹੜਾ ਐਪਲੀਕੇਸ਼ਨ ਸੈਂਟਰ ਹੈ ਇਹ ਰੋਡ 'ਤੇ ਜ਼ਿਆਦਾ, ਸਾਰੇ ਬਾਹਰ ਨੂੰ ਭੱਜੀ ਜਾਂਦੇ ਆ, ਤਾਂ ਕਰਕੇ ਅੱਧੀਆਂ ਗੱਡੀਆਂ ਤਾਂ ਉਹੀ ਹੋਣੀਆਂ ਜਿਹੜੀਆਂ ਇਹਨਾਂ ਨੇ ਕੈਨੇਡਾ ਨੂੰ ਜਾਣਾ। ਰੂਬੀ ਭਾਅ ਜੀ ਕਹਿੰਦੇ ਵੀ ਪਾਰਕਿੰਗ ਨਹੀਂ ਮਿਲੀ, ਉਹ ਅੱਧਾ ਕਿਲੋਮੀਟਰ ਪੌਣਾ ਕਿਲੋਮੀਟਰ ਜਾ ਕੇ ਪਾਰਕਿੰਗ ਗੱਡੀ ਖੜਾਈ। ਕੋਈ ਪਾਰਕਿੰਗ ਸੀਗੇ ਉਸ ਉੱਦਾਂ ਸੀ? ਹਾਂ ਵੈਸੇ ਹੀ ਪਾਰਕਿੰਗ ਤਾਂ ਫੁੱਲ ਸੀ। ਅੱਛਾ ਵੈਸੇ ਸੀ ਨਾ, ਉਹ ਵੀ ਵੈਸੇ ਕਿਤੇ ਜਗ੍ਹਾ ਮਿਲੀ ਉੱਥੇ ਗੱਡੀ ਖੜਾਈ, ਯਾਨੀ ਕਿ ਇੰਨਾ ਜ਼ਿਆਦਾ ਟ੍ਰੈਫਿਕ, ਇੰਨਾ ਜ਼ਿਆਦਾ ਰਸ਼, ਗੱਡੀ ਖੜਾਉਣ ਨੂੰ ਜਗ੍ਹਾ ਹੈ ਨਹੀਂ ਕਿਤੇ, ਬੁਰੇ ਹਾਲ। ਜਾਂਦੀ ਇੱਕ ਬ੍ਰਿਜ ਆ, ਅਤੇ ਉਹਦੇ ਮਗਰ ਸਕਰੀਨ 'ਤੇ ਸ਼ੀਸ਼ੇ 'ਤੇ ਮੇਰਾ ਅਤੇ ਸਿਮਰਨ ਦਾ ਨਾਂ ਲਿਖਿਆ ਹੈਗਾ, ਇਹਨੇ ਸਾਡਾ ਨਾਮ ਕਹਿੰਦੇ ਲਿਖਤਾ, ਉਹ ਪੜ੍ਹਿਆ ਜਾਂਦਾ, ਮੈਂ ਜ਼ੂਮ ਕਰਦਾ ਹਰ ਜੋ ਜ਼ੂਮ ਕੀਤੀ ਆ ਪੜ੍ਹਿਆ ਜਾਂਦਾ ਹੋਵੇ ਨਾ, ਬੜੀ ਦੇਰ ਦੇ ਨਹੀਂ ਮਗਰ। ਰੂਬੀ ਕਹਿੰਦੇ ਭਜਾਈ ਗੱਡੀ, ਕਹਿੰਦੇ ਫੋਟੋ ਖਿੱਚਣੀ ਹੈ ਵੀ ਆਹ ਲਿਖਿਆ ਆਹ ਆ ਗਈ ਨੇੜੇ, ਆਹ ਲਿਖਿਆ ਜੱਗੀ ਉੱਪਰ ਲਿਖਿਆ ਹੋਇਆ ਸੀ ਮੇਰਾ। ਚਲੋ ਇਹ ਤਾਂ ਹੋਣਾ ਸੀਗਾ, ਸੀ ਬੰਨ ਹੋ ਗਿਆ, ਖਿੱਚ ਕੇ ਲਾਈ ਜ਼ੂਮ ਕੀਤੀ ਹੋਈ ਸੀ। ਚਲੋ ਲੈ ਲਿਆ ਵੀ ਸੀਨ, ਲੈ ਲਿਆ ਜਾਂਦੀ ਲਿਖਿਆ ਹੋਇਆ ਨਾ ਜੀ। ਆਜੋ ਜਿਹੜੀ ਹਵੇਲੀ ਦੇ ਆਈਏ, ਪਹੁੰਚ ਗਏ ਹਵੇਲੀ, ਅਤੇ ਹੁਣ ਕਰਦੇ ਹਾਂ ਲੰਚ। ਆਹ ਵੇਖੋ ਜੀ ਜਾ ਹੀ ਬਾਤਾਂ ਆ ਸਾਰਾ ਹਵੇਲੀ ਦਾ, ਕੌਫੀ ਕੂਫੀ ਜੋ ਮਰਜ਼ੀ ਲਓ, ਛੋਲੇ ਭਟੂਰੇ ਅਤੇ ਸਭ ਕੁਝ ਚੱਲਦਾ, ਦੇਖਦੇ ਹਾਂ ਕੀ ਖਾਣਾ ਕੀ ਨਹੀਂ ਪੁੱਛਦੇ ਹਾਂ, ਅਤੇ ਇੱਥੇ ਖਾ ਲਈਏ ਬਾਹਰ ਹੀ ਬੈਠ। ਲਓ ਜੀ ਦਿੰਦੇ ਹਾਂ ਔਡਰ, ਪਹਿਲਾਂ ਦੇਖੀਏ ਕੀ ਹੈਗਾ। ਲਓ ਜੀ ਆਪਾਂ ਕਰਾਲੇ ਅੰਬਰਸਰ ਹੀ ਖੁੱਲ੍ਹ ਕੇ ਆ ਜਾ ਵੇਲਾ, ਅਤੇ ਕਰਦੇ ਹਾਂ ਇੰਜੋਏ ਹਵੇਲੀ ਦਾ ਅੰਬਰਸਰ ਹੀ ਕੁਲਚਾ। ਇੱਧਰ ਲੱਗੀ ਹੈ ਸਾਰੀ ਕਿਚਨ,
आ कर दी मेरे अंबरसरी कुलचे दो प्लेट 15 मिनट जी। अंबरसरी कुलचे आ गए, डैडी भी इंजॉय कर लिया, बीबी मेरा भी इंजॉय, कितना वधिया टेस्ट बहुत वधिया है। ते मैं भी लग्या खाण, ते कर दिया जी इंजॉय। लंच कर लिया और आ गया फ्लोर ते नहीं, लंच कर लिया ते हवेली जो आ गए बाहर, हवेली वाले कहंदे खा ले कुलचे ते जाओ बाहर। ते आ पी रहे हैं डाइजेस्ट करने वास्ते को स्वाद ही कुलचे हाँ नहीं चीज सी स्वाद ही बढ़िया सी। रेट में चक्कर ही थोड़ा हैगा पर रेट के हिसाब नाल पर चीज वधिया वा, क्वालिटी हैगी आ। मैं क्या किड़ा बार बार आया जाता जी, कदम कदम का गेड़ा लग रहा है। चलो जी गलां बातें मारते रहोंगे बने रहे, बहुत इंजॉय करते हैं जब तक। लो जी आ गए वापसी, तो चाह चू पी ली, जोड़ा कम गए थे हो गया, तो हम सारे रूबी भाजी करे तो आप जावे हम ऑफिस। चलो इतने ब्लॉग का एंड करते हैं जी, अज का ब्लॉग वधिया लगे तो वीडियो लाइक करो, कमेंट करो, शेयर करो। जो चैनल अजे तक सबसक्राइब नहीं किया चैनल में सबसक्राइब कर दियो जी। थैंक यू वेरी मच। पहले ही करता पंच है।